ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਤੋਂ ਬਾਅਦ ਅੱਜ ਜਿੱਥੇ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਪਹੁੰਚੇ ਤਾਂ ਉੱਥੇ ਹੀ ਸਾਬਕਾ ਕੈਬਨਿਟ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਸੀ, ਪਰ ਆਦੇਸ਼ ਤੋਂ ਲਗਭਗ 24 ਘੰਟੇ ਬਾਅਦ ਹੀ ਸੁਖਬੀਰ ਬਾਦਲ ਅਤੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਉਹ ਆ ਕੇ ਪੇਸ਼ ਹੁੰਦੇ ਨੇ ਮੇਰੇ ਨਾਲ ਡਾਕਟਰ ਦਲਜੀਤ ਚੀਮਾ ਨੇ। ਚੀਮਾ ਸਾਹਿਬ, ਬਹੁਤ ਜਲਦੀ ਤੁਸੀਂ ਪਹੁੰਚੇ ਹੋ, ਔਰ ਹਾਲਾਂਕਿ ਸੁਖਬੀਰ ਬਾਦਲ ਉਹਨਾਂ ਨੂੰ ਤਾਂ ਆਉਣ ਲਈ ਕਿਹਾ ਵੀ ਨਹੀਂ ਸੀ ਗਿਆ, ਉਹਨਾਂ ਦਾ ਆਉਣ ਦਾ ਕੀ ਮਕਸਦ ਹੈ? ਦੇਖੋ, ਕੱਲ੍ਹ ਜਿਹੜਾ ਫੈਸਲਾ ਸਿੰਘ ਸਾਹਿਬਾਨ ਦਾ ਆਇਆ, ਕੱਲ੍ਹ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਨੇ ਉਸੇ ਵੇਲੇ ਜਿਹੜਾ ਕਹਿ ਦਿੱਤਾ ਸੀ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਅਸੀਂ ਖੜ੍ਹੇ ਮੱਥੇ ਪ੍ਰਵਾਨ ਕਰ, ਸੀਸ ਨਵਾ ਕੇ ਪ੍ਰਵਾਨ ਕਰ, ਅਸੀਂ ਉਹਨਾਂ ਹੁਕਮਾਂ 'ਤੇ ਪਹਿਰਾ ਦਿੰਦੇ ਹੋਏ ਹਾਜ਼ਰ ਹੋਵਾਂ। ਇਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਉੱਤੇ ਵੀ ਸੀਗਾ, ਕਿਉਂਕਿ ਉਹਦੇ 'ਚ ਹੁਕਮਨਾਮੇ 'ਚ ਜ਼ਿਕਰ ਸੀ ਕਿ 15 ਦਿਨਾਂ ਦੇ ਅੰਦਰ ਅੰਦਰ ਆ ਕੇ ਖਿਮਾ ਜਾਚਨਾ ਕਰੋ, ਅਤੇ ਉਹ ਕਹਿੰਦੇ ਕਿ ਮੈਂ ਅੱਜ ਪਹਿਲਾ ਦਿਨ ਅੱਜ ਕਿਉਂ ਨਾ ਕਰਾਂ। ਇਸ ਕਰਕੇ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਆਪਣਾ ਜਿਹੜਾ ਅੱਜ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਕੇ ਬੇਨਤੀ ਕੀਤੀ ਹੈ, ਕਿਉਂਕਿ ਹੁਣ ਮੀਟਿੰਗ ਜਿਹੜੀ ਉਹਨਾਂ ਦੇ ਸੰਬੰਧ ਦੇ ਵਿੱਚ ਉਹ ਸਿੰਘ ਸਾਹਿਬਾਨ ਨੇ ਨਿਯਤ ਕਰਨੀ, ਅਤੇ ਅਸੀਂ ਅੱਜ ਬੇਨਤੀ ਕਰਕੇ ਆਏ ਹਾਂ ਕਿ ਜਿੰਨੀ ਜਲਦੀ ਮੀਟਿੰਗ ਹੋ ਸਕੇ ਅਸੀਂ ਉੱਥੇ ਆ ਕੇ ਆਪਣੀ ਖਿਮਤ ਜਾਚਨਾ ਜਿਹੜੀ ਹੈ ਉਹ ਕਰ ਸਕੀਏ। ਇਸੇ ਤਰ੍ਹਾਂ ਜਿਹੜਾ ਕੈਬਨਿਟ ਮੰਤਰੀਆਂ ਨੂੰ ਹੋਇਆ ਸੀ ਉਹਦੇ ਵਿੱਚ ਵੀ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਵੀ ਪੇਸ਼ ਕਰ ਦਿੱਤਾ, ਔਰ ਜਿਹੜੇ ਸਾਡੇ ਸਰਦਾਰ ਗੁਲਜ਼ਾਰ ਸਿੰਘ ਰਾਣੀਕੇ ਸਾਹਿਬ, ਸਰਦਾਰ ਚਰਨਜੀਤ ਸਿੰਘ ਢਿੱਲੋਂ, ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ, ਉਹਨਾਂ ਨੇ ਵੀ ਆਪੋ ਆਪਣੇ ਜਿਹੜੇ ਹੈਗੇ ਆ ਉਹ ਸਪਸ਼ਟੀਕਰਨ ਉੱਥੇ ਪੇਸ਼ ਕਰ ਦਿੱਤੇ। ਸਾਡੇ ਵੱਲੋਂ ਤਾਂ ਇਹ ਹੈ ਕਿ ਜੋ ਹੁਕਮ ਅਕਾਲ ਤਖਤ ਦਾ ਆ ਗਿਆ ਉਹਦੇ 'ਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਗੀ ਆ ਕੋਈ ਵੀ ਕੁਤਾਹੀ ਨਹੀਂ ਹੋ ਸਕਦੀ। ਅਸੀਂ ਸਿੰਘ ਸਾਹਿਬ ਨੂੰ ਬੇਨਤੀ ਵੀ ਕਰਦੇ ਹਾਂ ਕਿ ਹੁਣ ਛੇਤੀ ਮੀਟਿੰਗ ਕਰਕੇ ਜੋ ਫੈਸਲਾ ਕਰਨਗੇ ਅਸੀਂ ਪ੍ਰਵਾਨ ਕਰਾਂਗੇ। ਸੁਖਬੀਰ ਬਾਦਲ ਹੋਣਾ ਵੱਲੋਂ ਵੀ ਇਹੀ ਮੰਗ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਮੀਟਿੰਗਾਂ ਬੁਲਾਈਆਂ। ਯੂੰ ਤਾਂ ਅੱਜ ਹੀ ਆ ਗਏ ਸੀ, ਵੀ ਮੈਂ ਤਾਂ ਅੱਜ ਹੀ ਤਿਆਰ ਹਾਂ, ਕਿਉਂਕਿ ਜਦੋਂ ਕੱਲ੍ਹ ਅੱਜ ਕਾਪੀ ਉਹਨਾਂ ਕੋਲ ਫੈਸਲੇ ਦੀ ਅੱਜ ਹੀ ਵਟਸਐਪ 'ਤੇ ਪਹੁੰਚੀ ਸੀ, ਅਤੇ ਪੜ੍ਹਦੇ ਸਾਰ ਹੀ ਉਹ ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਚੱਲ ਪਏ। ਆਉਂਦਿਆਂ ਸਾਰ ਹੀ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਤਿਆਰ ਹਾਂ, ਆਪਣੇ ਆਪ ਨੂੰ ਸਮਰਪਿਤ ਕਰਦਾ, ਜਦੋਂ ਤੁਸੀਂ ਛੇਤੀ ਕਰੋ ਕਿ ਮੀਟਿੰਗ ਬੁਲਾਓ ਮੈਂ ਤਿਆਰ। ਮੈਂ ਤਾਂ ਪਹਿਲਾਂ ਇਹ ਮੰਗ ਉੱਠੀ ਕਿ ਧਾਰਮਿਕ ਮਿਸਾਲੀ ਸਜ਼ਾ ਦਿੱਤੀ ਜਾਵੇ, ਹੁਣ ਤਰਖਾਈਆ ਕਰਾਰ ਵੀ ਦੇ ਦਿੱਤਾ ਗਿਆ, ਹਾਲੇ ਇੱਕ ਦਿਨ ਬੀਤਿਆ ਨਹੀਂ, ਹੁਣ ਅਸਤੀਫੇ ਦੀ ਮੰਗ ਉੱਠਣ ਲੱਗੀ। ਦੇਖੋ, ਗੱਲ ਇਹ ਹੈ ਕਿ ਉਹਨਾਂ ਨੇ ਤਾਂ ਪਹਿਲਾਂ ਹੀ ਵਰਕਿੰਗ ਪ੍ਰੈਜੀਡੈਂਟ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਬਣਾਤਾ ਸੀ। ਇਹ ਜਿਹੜੇ ਲੋਕ ਨੇ ਨਾ, ਇਹਨਾਂ ਦੀ ਤਸੱਲੀ ਤਾਂ ਹੋਣੀ ਨਹੀਂ, ਕਿਉਂਕਿ ਇਹਨਾਂ ਨੂੰ ਕਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਗੁਰੂ ਦੇ ਉੱਤੇ ਜਾਂ ਕਿਸੇ ਉੱਤੇ ਭਰੋਸਾ। ਇਹ ਤਾਂ ਜਦੋਂ ਆਪਣੀ ਰਾਜਨੀਤੀ ਚਾਰੇ ਪਾਸੇ ਫੇਲ ਹੋ ਗਈ ਤਾਂ ਇੱਧਰ ਨੂੰ ਜਿਹੜਾ ਕੰਮ ਚੁੱਕ ਲਿਆ। ਇਹਨਾਂ ਨੂੰ ਤਾਂ ਜੋ ਮਰਜ਼ੀ ਹੋ ਜਾਵੇ ਕਿਸੇ ਵੀ ਤਰੀਕੇ, ਜਿਹਨਾਂ ਨੂੰ ਭਰੋਸਾ ਹੀ ਨਾ ਹੋਵੇ ਆਪੇ ਅਕਾਲ ਤਖਤ ਸਾਹਿਬ 'ਤੇ ਮਸਲਾ ਲੈ ਕੇ ਗਏ, ਆਪੇ ਅਕਾਲ ਤਖਤ ਸਾਹਿਬ ਦੇ ਬਾਰੇ 'ਚ ਬਿਆਨਬਾਜ਼ੀ ਕਰਦੇ ਨੇ। ਕਿਸੇ ਨੇ ਇੱਕ ਦਿਨ ਵੀ ਜਿਹੜਾ ਉਸ ਗੱਲ ਦੀ ਮਰਿਆਦਾ ਨਹੀਂ ਰੱਖੀ ਕਿ ਜੇ ਅਸੀਂ ਹੁਣ ਸਿੰਘ ਸਾਹਿਬਾਨ ਕੋਲ ਮਸਲਾ ਲੈ ਕੇ ਗਏ ਹਾਂ ਤਾਂ ਉਹਨਾਂ ਨੂੰ ਫੈਸਲਾ ਤਾਂ ਕਰਨ ਦੀ, ਬਿਆਨ 'ਤੇ ਬਿਆਨ, ਆਹ ਕੀਤਾ ਜਾਵੇ ਉਹ ਕੀਤਾ ਜਾਵੇ, ਜਿਵੇਂ ਹੁਕਮ ਜਣੇ ਹੁੰਦੇ ਨਾ ਅਕਾਲ ਤਖਤ ਸਾਹਿਬ ਨੂੰ, ਉਹ ਇਹਨਾਂ ਦਾ ਰਵੱਈਆ। ਸੋ ਪਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ। ਹਾਲਾਂਕਿ ਤੁਸੀਂ ਵੀ ਲਗਾਤਾਰ ਇਹ ਗੱਲ ਕਹਿੰਦੇ ਆਏ ਹੋ ਕਿ ਅਕਾਲ ਤਖਤ ਸਾਹਿਬ ਨੂੰ ਜਾਂ ਜਥੇਦਾਰ ਨੂੰ ਡਿਕਟੇਟ ਨਹੀਂ ਕੀਤਾ ਜਾ ਸਕਦਾ, ਪਰ 30 ਅਗਸਤ ਤੋਂ ਪਹਿਲਾਂ ਕਈ ਜਥੇਬੰਦੀਆਂ ਆ ਕੇ ਮੰਗ ਪੱਤਰ ਦਿੰਦੀਆਂ ਨੇ, ਔਰ ਉਹਦੇ ਵਿੱਚ ਜ਼ਿਕਰ ਕੀਤਾ ਜਾਂਦਾ ਕਿ ਇਸ ਚੀਜ਼ ਦੇ ਲਈ ਇਸ ਤਰੀਕੇ ਦਾ ਫੈਸਲਾ ਹੋਣਾ ਚਾਹੀਦਾ, ਉਹ ਚੀਜ਼ਾਂ ਨੂੰ ਕਿੱਦਾਂ ਦੇਖਦੇ? ਦੇਖੋ, ਮੈਂ ਤਾਂ ਹਮੇਸ਼ਾ ਸਮਝਦਾ ਕਿ ਅਕਾਲ ਤਖਤ ਦੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸਾਡੀਆਂ ਬਹੁਤ ਵੱਡੀਆਂ ਜਿਹੜੀਆਂ ਪਰੰਪਰਾਵਾਂ ਨੇ, ਮਰਿਆਦਾ ਹੈ ਸਾਡੀ,
ਉਹਦਾ ਪਾਲਣ ਕਰਨਾ ਚਾਹੀਦਾ। ਜੇ ਤਖ਼ਤ ਦੇ ਉੱਤੇ ਆ ਕੇ ਵੀ ਤੁਸੀਂ ਇਸ ਤਰ੍ਹਾਂ ਦੀ ਛੋਟੀ ਰਾਜਨੀਤੀ ਕਰੋਗੇ, ਗੁਰੂ ਜਾਣੀ ਜਾਣ, ਉਹਨੂੰ ਸਭ ਪਤਾ ਇੱਥੇ ਆਉਂਦਾ ਕਿਸ ਭਾਵਨਾ ਨਾਲ ਆਉਂਦਾ। ਇਸ ਕਰਕੇ ਚੰਗੀ ਭਾਵਨਾ ਨਾਲ ਆਓਗੇ ਤੇ ਗੁਰੂ ਵੱਲੋਂ ਬਖਸ਼ਣ ਲੈ ਕੇ ਜਾਓਗੇ। ਦੁਨਿਆਵੀ ਅਦਾਲਤਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੋਈ ਮਾਮਲਾ ਜੇਕਰ ਵਿਚਾਰ ਅਧੀਨ ਹੈ ਤਾਂ ਉਹਦੇ 'ਤੇ ਕੋਰਟ ਕਹਿੰਦੀ ਵੀ ਇਹਦੇ 'ਤੇ ਕੋਈ ਟੀਕਾ ਟਿੱਪਣੀ ਨਾ ਕੀਤੀ ਜਾਵੇ, ਪਰ ਇਹ ਸਿੱਖਾਂ ਦੀ ਸਰਵਉੱਚ ਅਦਾਲਤ ਹੈ, ਫੈਸਲਾ ਹਲੇ ਆਇਆ ਨਹੀਂ, ਉਸ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਜਿਹੜੇ ਬਿਆਨ, ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ। ਹੁਣ ਮੇਰੇ ਮਨ ਦੀ ਸਾਰੀ ਗੱਲ ਤਾਂ ਤੁਸੀਂ ਆਪ ਹੀ ਕਹਿਤੀ ਵੀ ਇਹੀ ਜਿਹੜੀ ਗੱਲ ਹੈ, ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਨੋਟ ਕਰਨ ਵਾਲੀ ਹੈ ਕਿ ਜੇ ਥੋੜ੍ਹੀ ਬਹੁਤੀ ਵੀ ਸ਼ਰਧਾ ਮਨ 'ਚ ਅਕਾਲ ਤਖ਼ਤ ਸਾਹਿਬ ਪ੍ਰਤੀ ਹੁੰਦੀ ਆਹ ਜਿਸ ਤਰ੍ਹਾਂ ਦਾ ਵਰਤਾਰਾ ਇਹਨਾਂ ਲੋਕਾਂ ਨੇ ਕੀਤਾ ਇਹ ਨਾ ਕਰਦੇ। ਇਸ ਕਰਕੇ ਚਲੋ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹਨਾਂ ਨੂੰ ਵੀ ਪਰਮਾਤਮਾ ਸਮਤ ਬਖਸ਼ੇ। ਪਰ ਇੱਕ ਚੀਮਾ ਸਾਹਿਬ, ਜਿਸ ਤਰ੍ਹਾਂ ਇੱਕ ਪਾਸੇ ਤਾਂ ਅਕਾਲ ਤਖ਼ਤ ਸਾਹਿਬ ਵੱਲੋਂ ਆਪਣੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ, ਤਨਖਾਹੀਆ ਵੀ ਕਰਾਰ ਦੇ ਦਿੱਤਾ ਗਿਆ, ਔਰ ਕਈ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਕਿ ਕਿਉਂਕਿ ਤਨਖਾਹੀਆ ਔਰ ਪੰਥ 'ਚੋਂ ਛੇਕਣਾ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਤਨਖਾਹੀਆ ਦੀ ਜੇਕਰ ਡੈਫੀਨੇਸ਼ਨ ਸਮਝਾਉਣੀ ਹੋਵੇ ਤਾਂ ਕਿੱਦਾਂ ਤੁਸੀਂ ਕਹੋਗੇ ਵੀ ਇਸ ਵੇਲੇ ਸੁਖਬੀਰ ਬਾਦਲ ਦੋਸ਼ੀ ਮੰਨੇ ਗਏ ਨੇ, ਕੀ ਹੈ? ਦੇਖੋ, ਗੱਲ ਇਹ ਕਿ ਮੈਂ ਕੋਈ ਵਿਦਵਾਨ ਤਾਂ ਹੈ ਨਹੀਂ, ਇਹ ਕੋਈ ਚੰਗਾ ਸਿੱਖ ਵਿਦਵਾਨ ਕੋਈ ਧਾਰਮਿਕ ਜਿਹੜਾ ਵਿਸ਼ੇ ਨੂੰ ਚੰਗਾ ਸਮਝ ਰੱਖਦਾ। ਸਾਡਾ ਤਾਂ ਇੱਕ ਪਹਿਲੇ ਦਿਨ ਸਿੰਘ ਸਾਹਿਬਾਨ ਦਾ ਗਿਆ ਸੀ ਕਿ ਆਹ ਤੁਹਾਡੇ ਖਿਲਾਫ਼ ਸ਼ਿਕਾਇਤ ਹੈ, ਨਿੱਜੀ ਤੌਰ 'ਤੇ ਪੇਸ਼ ਹੋ ਕੇ ਸਪਸ਼ਟੀਕਰਨ ਦਿਓ। ਉਸੇ ਵੇਲੇ ਅਸੀਂ ਲੈ ਕੇ ਸਪਸ਼ਟੀਕਰਨ ਹਾਜ਼ਰ ਹੋ ਗਏ, ਉਹਦੇ ਵਿੱਚ ਅਨਕੰਡੀਸ਼ਨਲ ਅਪਾਲੋਜੀ, ਬਿਨਾਂ ਸ਼ਰਤ ਅਸੀਂ ਮਾਫ਼ੀ ਮੰਗ ਲਈ, ਸਾਰਾ ਕੁਝ ਆਪਣੀ ਝੋਲੀ 'ਚ ਪਾ ਲਿਆ। ਨਾਲ ਹੀ ਹੱਥ ਜੋੜ ਕੇ ਬੇਨਤੀ ਕਰਦੀ ਕਿ ਜੋ ਤੁਹਾਨੂੰ ਹੁਕਮ ਹੈ ਤੁਸੀਂ ਲਾਓ, ਅਸੀਂ ਜਿਹੜਾ ਭੁਗਤਣ ਨੂੰ ਤਿਆਰ ਹਾਂ, ਸਾਡੇ ਵੱਲੋਂ ਤਾਂ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਹੈ ਨਹੀਂ। ਇਸ ਕਰਕੇ ਹੁਣ ਜੋ ਅਗਲਾ ਉਹਨਾਂ ਦਾ ਹੁਕਮ ਆਇਆ ਸੀ ਸੀਸ ਨੂੰ ਆ ਕੇ ਉਹ ਵੀ ਪ੍ਰਵਾਨ ਕਰ ਲਿਆ, ਕਿਉਂਕਿ ਜਿੱਥੇ ਸ਼ਰਧਾ ਹੋਵੇ ਨਾ ਉੱਥੇ ਫਿਰ ਕਿੰਤੂ ਪ੍ਰੰਤੂ ਨਹੀਂ ਹੁੰਦਾ। ਹੁਣ ਸਾਡੀ ਤਾਂ ਸਿਰਫ ਇੱਕੋ ਹੀ ਬੇਨਤੀ ਹੈ ਕਿ ਮੀਟਿੰਗ ਛੇਤੀ ਕਰਾ ਲਓ, ਕਿਉਂਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਹਨ ਦੇ ਮਨ 'ਤੇ ਬੜਾ ਵੱਡਾ ਬੋਝ ਸੀ। ਤੁਸੀਂ ਦੇਖੋ ਅੱਜ ਹੀ ਉਹਨਾਂ ਕੋਲ ਵਟਸਐਪ 'ਤੇ ਕਾਪੀ ਪਹੁੰਚੀ ਸੀ ਅਤੇ ਨਾਲ ਦੀ ਨਾਲ ਉਹ ਆ ਗਏ। ਹੁਣ ਸਵਾਲ ਇੱਕ ਹੋਰ ਹੈ, ਤੁਸੀਂ ਕੈਬਨਿਟ ਮੰਤਰੀ ਰਹੇ ਹੋ, ਤੁਹਾਡੇ ਨਾਲ ਹੋਰ ਵੀ ਕੋਈ ਕਈ ਲੋਕ ਸੀ ਜਿਹੜੇ ਇਸ ਵੇਲੇ ਆਪਣੇ ਆਪ ਨੂੰ ਅਕਾਲੀ ਦਲ ਤੋਂ ਵੱਖ ਕਰ ਚੁੱਕੇ ਨੇ, ਪਰ ਜੇਕਰ ਤੁਹਾਨੂੰ ਵੀ ਸਾਰਿਆਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ, ਤੁਸੀਂ ਉਹਦੇ ਲਈ ਤਿਆਰ ਹੋ? ਅਸੀਂ 100% ਤਿਆਰ ਹਾਂ, ਅਸੀਂ ਤਾਂ ਲਿਖਤੀ ਤੌਰ ਦੇ ਉੱਤੇ ਦੇਖੋ ਹੁਣ ਵੀ ਅੱਜ ਵੀ ਜਿਹੜਾ ਦੇ ਕੇ ਆਏ, ਮੇਰਾ ਆਪਣਾ ਵੀ ਸਪਸ਼ਟੀਕਰਨ ਮੈਂ ਤੁਹਾਨੂੰ ਟਵੀਟ ਵੀ ਕਰ ਦਿੱਤਾ। ਤੁਹਾਡੇ ਕਈ ਸਾਥੀਆਂ ਨੇ ਦਾਅਵਾ ਕੀਤਾ ਸੀ ਕਿ ਅਕਾਲ ਤਖ਼ਤ ਸਾਹਿਬ 'ਤੇ ਆ ਕੇ ਅਰਦਾਸ ਬੇਨਤੀ ਕਰਕੇ ਉਹ ਆਪਣੇ ਆਪ ਨੂੰ ਸੁਰਖਰੂ ਸ਼ਬਦ ਵਰਤ ਰਹੇ ਕਿ ਅਸੀਂ ਸੁਰਖਰੂ ਹੋ ਚੁੱਕੇ ਹਾਂ, ਇਹਨਾਂ ਨੂੰ ਸਜ਼ਾ ਦਿੱਤੀ ਹੈ। ਚਲੋ ਇਹ ਹੁਣ ਅਕਾਲ ਤਖ਼ਤ ਦਾ ਫੈਸਲਾ, ਮੈਂ ਕਹਿੰਦਾ ਕਿ ਉਹਨਾਂ ਨੂੰ ਜੋ ਆਪਣਾ ਕਹੀ ਜਾਂਦੇ ਉਹ ਤਾਂ ਬਹੁਤ ਕੁਛ ਕਹੀ ਜਾਂਦੇ ਆ, ਸਾਨੂੰ ਤਾਂ ਅਕਾਲ ਤਖ਼ਤ ਸਾਹਿਬ 'ਤੇ ਭਰੋਸਾ ਔਰ ਗੁਰੂ ਜਿਹੜਾ ਬਖਸ਼ਣਹਾਰ, ਸਾਨੂੰ ਅਸੀਂ ਸੱਚੇ ਮਨੋਂ ਅਰਦਾਸ ਕਰਕੇ ਆਏ ਹਾਂ, ਜਦੋਂ ਹੁਕਮ ਹੋਏਗਾ ਉਸੇ ਦਿਨ ਫਿਰ ਹਾਜ਼ਰ ਹੋ ਜਾਵਾਂਗੇ, ਔਰ ਬੇਨਤੀ ਇੰਨੀ ਹੈ ਕਿ ਜਿੰਨੀ ਜਲਦੀ ਹੋ ਜਾਵੇ ਉਨਾ ਚੰਗਾ। ਕੁੱਲ ਮਿਲਾ ਕੇ ਅੱਜ ਇਹੀ ਮੰਗ ਕੀਤੀ ਗਈ ਕਿ ਜਲਦੀ ਜਲਦੀ ਬੈਠਕ ਬੁਲਾ ਕੇ ਜੋ ਵੀ ਫੈਸਲਾ ਲੈਣਾ। ਬਿਲਕੁਲ, ਅਸੀਂ ਤਾਂ ਅੱਜ ਹੀ ਤਿਆਰ ਹੋ ਕੇ ਆਏ ਸੀ। ਬਿਲਕੁਲ, ਤਾਂ ਇਹ ਨੇ ਡਾਕਟਰ ਦਲਜੀਤ ਚੀਮਾ ਜਿਹੜੇ ਕਿ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ, ਤਾਂ ਅੱਜ 4 ਸਾਬਕਾ ਕੈਬਨਿਟ ਮੰਤਰੀ ਜਿਹੜੇ ਨੇ ਉਹ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਨੇ, ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਚੀਮਾ, ਮਹੇਸ਼ ਇੰਦਰ ਗਰੇਵਾਲ, ਗੁਲਜਾਰ ਸਿੰਘ ਰਣੀਕੇ ਔਰ ਸ਼ਰਨਜੀਤ ਸਿੰਘ ਢਿੱਲੋਂ। ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਹਰ ਇੱਕ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ, ਔਰ ਅੱਜ ਇੱਥੇ ਆਉਣ ਦਾ ਮੁੱਖ ਕਾਰਨ ਹੀ ਇਹ ਹੈ ਕਿ ਸੁਖਬੀਰ ਬਾਦਲ, ਹਾਲਾਂਕਿ ਸੁਖਬੀਰ ਬਾਦਲ ਨੂੰ ਬੁਲਾਇਆ ਨਹੀਂ ਸੀ ਗਿਆ, ਕੈਬਨਿਟ ਮੰਤਰੀਆਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਪਰ ਉਹਨਾਂ ਨੇ ਅੱਜ ਆ ਕੇ ਇਹ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ 5 ਸਿੰਘ ਸਾਹਿਬਾਨਾਂ ਦੀ ਜਿਹੜੀ ਮੀਟਿੰਗ ਹੈ ਉਹ ਬੁਲਾਈ ਜਾਵੇ, ਔਰ ਉਸ ਦੇ ਵਿੱਚ ਜੋ ਵੀ ਫੈਸਲਾ ਲਿਆ ਜਾਏਗਾ, ਜੋ ਵੀ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਉਸ ਦੇ ਲਈ ਸੁਖਬੀਰ ਬਾਦਲ ਦੇ ਨਾਲ ਨਾਲ
ਉਹਨਾਂ ਦੀ ਪਾਰਟੀ ਦੇ ਜਿਹੜੇ ਆਗੂ ਜਿਹੜੇ ਕਿ ਕੈਬਨਿਟ ਦੇ ਅਹੁਦਿਆਂ 'ਤੇ ਰਹਿ ਚੁੱਕੇ ਨੇ ਤਾਂ ਉਹ ਹਰ ਇੱਕ ਧਾਰਮਿਕ ਸਜ਼ਾ ਨੂੰ ਭੁਗਤਣ ਦੇ ਲਈ ਤਿਆਰ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।